ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿੱਦਾਂ ਸਾਰਿਆਂ ਨੂੰ ਪਤਾ ਹੈ ਕਿ ਐਤਵਾਰ ਨੂੰ ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈਸਟ ਪੀਐਸਟੈਟ ਦਾ 1 ਤੇ 2 ਦਾ ਪੇਪਰ ਹੋ ਰਿਹਾ ਜੀ ਤੇ ਜਿਨ੍ਹਾਂ ਵੀ ਕੈਂਡੀਡੇਟ ਨੇ ਅਪਲਾਈ ਕੀਤਾ ਜੀ ਤੇ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਐਡਮਿਟ ਕਾਰਡ ਮਿਲ ਗਏ ਹੋਣਗੇ ਜੀ ਤੇ ਬਾਕੀ ਕਈ ਕੈਂਡੀਡੇਟ ਦੇ ਸਵਾਲ ਸੀ ਕਿ ਅਸੀਂ ਕੀ ਕੀ ਡਾਕੂਮੈਂਟ ਲੈ ਕੇ ਜਾਣੇ ਆ ਕਿਹਨਾਂ ਨੂੰ ਮਰਗੀ ਗੈਸਟਡ ਆਫੀਸਰ ਦੇ ਮਰਗੀ ਸੈਂਡ ਕਰਾਉਣ ਦੀ ਲੋੜ ਆ ਜੀ ਆਪਾਂ ਇਸ ਪੇਪਰ ਨਾਲ ਸੰਬੰਧੇ ਜੋ ਵੀ ਸਿਹਦਾਇਤਾ ਨੇ ਜੋ ਤੁਹਾਨੂੰ ਦੱਸਾਂਗੇ ਤੇ ਜਿਨੇ ਵੀ ਜਿਨ੍ਹਾਂ ਵੀ ਕੈਂਡੀਡੇਟ ਨੇ ਪੀਐਸਟੈਟਲੀ ਅਪਲਾਈ ਕੀਤਾ ਜੀ ਉਹ ਇੱਕ ਵਾਰੀ ਵੀਡੀਓ ਜ਼ਰੂਰ ਦੇਖ ਲੈਣ ਤੇ ਕਿਹੜੇ ਕਿਹੜੇ ਡਾਕੂਮੈਂਟ ਉਹਨਾਂ ਲੈ ਕੇ ਜਾਣੇ ਆ ਕਿਹੜੀਆਂ ਕਿਹੜੀਆਂ ਗੱਲਾਂ ਧਿਆਨ ਰੱਖਣਾ ਸਾਰਾ ਕੁਝ ਜੀ ਤੇ ਐਦਾਂ ਤੁਹਾਡਾ ਐਡਮਿਟ ਕਾਰਡ ਆਊਗਾ ਜੀ ਤੁਸੀਂ ਉਹਨੂੰ ਪ੍ਰਿੰਟ ਕਰਾ ਲੈਣਾ ਵਾ ਤੇ ਪਹਿਲਾਂ ਤਾਂ ਜਿੱਦਨ ਵੀ ਤੁਹਾਡਾ ਐਗਜ਼ਾਮ ਹੈਗਾ ਜੀ ਜਿੱਦਾਂ ਤੁਹਾਨੂੰ ਦੱਸਿਆ ਕਿ ਤੁਹਾਡਾ ਐਗਜ਼ਾਮ ਹੈਗਾ ਜੀ 2 ਵਜੇ ਹੈਗਾ ਤੁਹਾਡਾ ਪੇਪਰ ਤਾਂ ਉਸ ਤੋਂ ਤੁਸੀਂ 60 ਮਿੰਟ ਪਹਿਲਾਂ ਉੱਥੇ ਹੋਣੇ ਚਾਹੀਦੇ ਹੋ ਜੀ ਮਤਲਬ ਕਿ ਜੇ ਮਤਲਬ ਤੁਹਾਡਾ 2 ਵਜੇ ਦਾ ਪੇਪਰ ਆ ਜੀ 1 ਵਜੇ ਤੁਹਾਡਾ ਉੱਥੇ ਰਿਪੋਰਟਿੰ ਤੇ ਇਹ ਆ ਕਿ ਤੁਸੀਂ 60 ਮਿੰਟ ਪਹਿਲਾਂ ਹੀ ਜਾਣਾ ਵਾ ਇੱਕ ਵੀ ਮਿੰਟ ਲੇਟ ਨਹੀਂ ਹੋਣਾ ਇਸ ਗੱਲ ਨੂੰ ਤੁਸੀਂ ਸਾਰਿਆਂ ਨੇ ਧਿਆਨ ਰੱਖਣਾ ਕਿਉਂਕਿ ਤੁਸੀਂ ਜਾ ਕੇ ਉੱਥੇ ਬਹਿਣਾ ਵੀ ਆ ਤਾਂ ਰਜਿਸਟ੍ਰੇਸ਼ਨ ਵੀ ਹੋਣੀ ਆ ਫੋਟੋ ਵਗੈਰਾ ਸਾਰਾ ਕੁਝ ਹੋਣਾ ਵਾ ਤਾਂ ਇਸ ਕਰਕੇ ਤੁਸੀਂ ਸਾਰਿਆਂ ਨੇ ਆਪਣੇ ਜਿਹੜੇ ਅਧਾਰਤ ਸਮਾਜ ਜਿੱਥੇ ਵੀ ਤੁਹਾਡਾ ਸੈਂਟਰ ਬਣਿਆ ਜੀ ਉੱਥੇ ਪਹੁੰਚ ਜਾਣਾ ਵਾ ਤੇ ਜਿਨ੍ਹਾਂ ਵੀ ਜਿਨ੍ਹਾਂ ਕੈਂਡੀਡੇਟ ਨੇ ਦੋ ਦੋ ਪੇਪਰ ਭਰੇ ਆ ਜੀ ਉਹਨਾਂ ਨੂੰ ਪਤਾ ਹੋਊਗਾ ਆਪਣੇ ਕਿ ਹਰੇਕ ਪੇਪਰ ਦਾ ਕਿੰਨਾ ਕਿੰਨਾ ਟਾਈਮ ਹੈਗਾ ਵਾ ਤੇ ਦੂਜੇ ਨੰਬਰ ਤੇ ਹੈਗੇ ਆ ਕਿ ਇੱਕ ਗੈਸਟਰ ਆਫੀਸਰ ਦੇ ਰਿਲੇਟਡ ਕਹਿ ਰਿਆ ਸੀ ਕਿ ਅਸੀਂ ਸਾਈਨ ਕਰਾਉਣੇ ਆ ਕੌਣ ਕੌਣ ਕਿੰਨੇ ਕਿੰਨੇ ਕੈਂਡੀਡੇਟ ਨੇ ਸਾਈਨ ਕਰਾਉਣੇ ਆ ਮਤਲਬ ਕਿ ਅਗਰ ਨਾ ਲਾਈਨ ਲਿਖੀ ਸੀ ਕਿ ਗੈਸਟਰ ਆਫੀਸਰ ਦੇ ਸਾਈਨ ਤਾਂ ਉਹਨਾਂ ਕੈਂਡੀਡੇਟ ਨੇ ਆਪਣੇ ਸਾਈਨ ਕਰਾਉਣੇ ਆ ਜੀ ਗੈਸਟਰ ਆਫੀਸਰ ਦੇ ਜਿਨ੍ਹਾਂ ਦੇ ਮਣਕੀ ਐਡਮਿਟ ਕਾਰਡ ਤੇ ਫੋਟੋ ਜਾਂ ਸਾਈਨ ਜਿਹੜੇ ਹੈਗੇ ਆ ਜੀ ਮਣਕੀ ਉਹ ਬਲਰ ਆ ਜਾਂ ਨਾ ਹੈਗੇ ਨਹੀਂ ਆ ਮਣਕੀ ਯਾਰ ਆਪਾਂ ਅਪਲੋਡ ਕਰਦੇ ਆ ਜੀ ਉਸ ਟਾਈਮ ਆਪਣਾ ਅਪਲੋਡ ਨਹੀਂ ਹੁੰਦੇ ਜਾਂ ਜਦੋਂ ਐਡਮਿਟ ਕਾਰਡ ਜਾਰੀ ਕਰਦੇ ਉਸ ਟਾਈਮ ਆਪਣੇ ਐਡਮਿਟ ਕਾਰਡ ਤੇ ਫੋਟੋ ਜਾਂ ਸਾਈਨ ਨਹੀਂ ਆਉਂਦੇ ਇਸ ਕਰਕੇ ਤੁਸੀਂ ਆਪਣੀ ਇੱਕ ਫੋਟੋ ਇੱਥੇ ਆਈ ਕਾਰਡ ਤੇ ਲਾ ਲੈਣੀ ਆ ਇੱਥੇ ਤੁਸੀਂ ਆਪਣੀ ਫੋਟੋ ਲਾ ਲੈਣੀ ਆ ਠੀਕ ਆ ਜੀ ਜਾਂ ਇਹਦੇ ਸਾਈਡ ਤੇ ਵੀ ਲਾ ਸਕਦੇ ਜੇ ਮਨ ਲਾ ਤੁਹਾਡਾ ਰਿਪਲੇਅਰ ਆ ਨਾ ਤੇ ਤੁਸੀਂ ਇਹ ਸਾਈਡ ਤੇ ਲਾ ਲੈਣੀ ਆ ਤੇ ਇੱਥੇ ਆਪਣੇ ਜੇ ਮਨ ਲਾ ਕਿਥੇ ਸਾਈਨ ਨਹੀਂ ਗਏ ਤਾਂ ਸਾਈਨ ਇੱਥੇ ਸਾਈਡ ਤੇ ਕਰ ਲੈਣੇ ਆ ਤਾਂ ਜਿਹੜਾ ਗੈਸਟਡ ਅਫੀਸਰ ਆ ਜੀ ਉਸ ਤੋਂ ਤਸਦੀਕ ਕਰਾ ਲੈਣੇ ਆ ਜੀ ਠੀਕ ਹੈ ਜੀ ਉੱਥੇ ਤੁਸੀਂ ਐਡਮਿਟ ਕਾਰਡ ਤੇ ਵੀ ਚਪਕਾ ਸਕਦੇ ਹੋ ਤੇ ਵੈਸੇ ਹੈ ਕਿ ਇੱਕ ਹੋਰ ਹੈ ਜੀ ਇਹਨਾਂ ਨੇ ਹਦਾਇਤ ਦੱਸੀ ਨਾਲ ਕਿ ਇੱਕ ਨਾ ਤੁਸੀਂ ਆਈ ਕਾਰਡ ਬਣਾ ਲੈਣਾ ਵਾ ਮਿਲ ਗਈ ਇੱਥੇ ਤੁਹਾਨੂੰ ਮੁੜਕੀ ਹੁੰਦਾ ਕਿ ਫੋਟੋ ਚਪਕਾਉਣ ਦੀ ਲੋੜ ਨਹੀਂ ਹੈਗੀ ਮੰਨ ਲਓ ਇਦਾਂ ਕਿ ਯਾਰ ਫੋਟੋ ਕਿਸ ਦੀ ਬਲਰ ਹੁੰਦੀ ਆ ਜਾਂ ਕਿਤੇ ਸਾਈਨ ਹੋਰ ਕਿਧਾਉਣੇ ਆ ਇਸ ਕਰਕੇ ਤੁਸੀਂ ਤੁਹਾਨੂੰ ਇੱਥੇ ਮੁੜਕੀ ਫੋਟੋ ਚਪਕਾਉਣ ਦੀ ਲੋੜ ਨਹੀਂ ਹੈ ਤੁਸੀਂ ਇੱਕ ਆਈ ਕਾਰਡ ਲੈ ਲੈਣਾ ਉੱਥੇ ਤੁਹਾਡੀ ਮੁੜਕੀ ਫੋਟੋ ਹੋਵੇ ਲੱਗੀ ਹੋਵੇ ਜੀ ਤੇ ਤੁਹਾਡੇ ਸਾਈਨ ਕੀਤੇ ਹੋਣ ਜੀ ਉਸ ਗੈਸਟਡ ਅਫੀਸਰ ਉੱਤੇ ਸਾਈਨ ਤੁਹਾਡੇ ਕਰ ਦੇਣਗੇ ਜੀ ਤਾਂ ਤੁਸੀਂ ਆਪਣੇ ਕੋਲ ਰੱਖ ਲੈਣਾ ਵਾ ਤੇ ਜਦੋਂ ਦੀ ਪੇਪਰ ਦੇ ਜਾਓਗੇ ਜੀ ਉਹ ਤੁਸੀਂ ਲੈ ਕੇ ਜਾਣਾ ਆਈ ਕਾਰਡ ਜਿੱਤੇ ਤੁਹਾਡੇ ਮਨ ਕੀ ਗੈਸਟਰ ਆਫੀਸਰ ਨੇ ਸਾਈਨ ਕੀਤੇ ਹੋਣਗੇ ਵੈਸੇ ਜੇ ਤਾਂ ਤੁਸੀਂ ਇੱਥੇ ਆ ਅਧਾਰ ਐਡਮਿਟ ਕਾਰਡ ਤੇ ਕਰਾ ਲੈਂਦੇ ਹੋ ਤਾਂ ਉਹ ਇੱਕ ਵਧੀਆ ਗੱਲ ਵੱਖਰੀ ਚੀਜ਼ ਦਾ ਠੀਕ ਆ ਜੇ ਤੁਸੀਂ ਉਹਦਾ ਆਈ ਕਾਰਡ ਲੈ ਕੇ ਜਾਓ ਕਿਉਂਕਿ ਜੋ ਹਦਾਇਤਾਂ ਦੇ ਅਕੋਰਡਿੰਗ ਉਹਨਾਂ ਨੇ ਕਹਿਤਾ ਵਾ ਕਿ ਤੁਹਾਡੇ ਤੋਂ ਆਈ ਕਾਰਡ ਹੋਣਾ ਚਾਹੀਦਾ ਤੇ ਆਈ ਕਾਰਡ ਤੇ ਕਰਾ ਲਿਓ ਜੀ ਇੱਕ ਬਾਜ਼ਾਰ ਦੇ ਵਿੱਚੋਂ ਤੁਹਾਨੂੰ ਆਈ ਕਾਰਡ ਮਿਲ ਜਾਣਾ ਜਿੱਤੇ ਮਨ ਕੀ ਤੁਸੀਂ ਆਪਣੀ ਫੋਟੋ ਲਾ ਲੈਣੀ ਆ ਜੀ ਤੇ ਆਪਣੀ ਡਿਟੇਲ ਭਰ ਲੈਣੀ ਆ ਤੇ ਨੀਚੇ ਤੁਸੀਂ ਸਾਈਨ ਕਰ ਦੇਣੇ ਆਪਣੇ ਮੜਕੀ ਉਤੇ ਅਬ ਤਾ ਡੂੰ ਤਸਦੀਕ ਕਰ ਦੂਗਾ ਗੈਸਟਰਡ ਆਫੀਸਰ ਮੜਕੀ ਆਪਣੀ ਮੋਹਰ ਵਗੈਰਾ ਲਾ ਦੂਗਾ ਜਾਂ ਆਪਣੇ ਸਾਈਨ ਕਰ ਦੂਗਾ ਆਪਣੇ ਪੈਨਾਂ ਠੀਕ ਆ ਜੀ ਤੋ ਤੁਹਾਡੇ ਕੰਮ ਆਉਣਗੇ ਜੀ ਤੇ ਉਹਨਾਂ ਨੇ ਹੀ ਸਿਰਫ ਕੈਂਡੀਡੇਟ ਨੇ ਕਰਾਉਣੇ ਆ ਜਿਨ੍ਹਾਂ ਦੀ ਫੋਟੋ ਜਾਂ ਸਾਈਨ ਮੜਕੀ ਬਲਰ ਆ ਜਾਂ ਦਿਖਦੇ ਨਹੀਂ ਪਏ ਜਾਂ ਹੈਗੇ ਨਹੀਂ ਐਡਮਿਟ ਕਾਰਡ ਤੇ ਠੀਕ ਆ ਜੀ ਜੇ ਮੰਨ ਲਓ ਕਿਸੇ ਦੀ ਫੋਟੋ ਸਹੀ ਦਿਖ ਰਹੀ ਆ ਤੇ ਆਪਣੇ ਸਾਈਨ ਵੀ ਦਿਖ ਰਿਹਾ ਚੰਗੀ ਤਰ੍ਹਾਂ ਤਾਂ ਉਹਨੂੰ ਮੜਕੀ ਗੈਸਟਰਡ ਆਫੀਸਰ ਦੇ ਸਾਈਨ ਕਰਾਉਣ ਦੀ ਕੋਈ ਲੋੜ ਨਹੀਂ ਆ ਜੀ ਇੱਕ ਇਹ ਗੱਲ ਕਹੀ ਗਈ ਕਿ ਪੇਪਰ ਦੇ ਦੌਰਾਨ ਤੁਸੀਂ ਕੋਈ ਖਾਲੀ ਪੇਜ, ਮੋਬਾਈਲ, ਕੋਈ ਵੀ ਇਲੈਕਟ੍ਰੋਨਿਕ ਡਿਵਾਈਸ ਵਗੈਰਾ ਨਹੀਂ ਲੈ ਜਾ ਸਕਦੇ ਜੀ, ਨਾ ਘੜੀ ਵਗੈਰਾ ਲੈ ਜਾ ਸਕਦੇ ਉਸ ਗੱਲ ਨੂੰ ਸਾਰਿਆਂ ਤਿਆਰ ਰੱਖਣਾ। ਤੇ ਉਹਨਾਂ ਨੇ ਕਿਹਾ ਕਿ ਕੋਈ ਵੀ ਸੈਂਟਰ ਵਿੱਚ ਸ਼ਰਾਬ ਪੀ ਕੇ ਜਾਂ ਸਿਗਰਟ ਆਦ ਦਾ ਨਸ਼ਾ ਕੋਈ ਵੀ ਕਰਕੇ ਨਾ ਜਾਵੇ ਜੀ ਤੇ ਮੰਨ ਲਓ ਜੇ ਕੋਈ ਪਾਇਆ ਜਾਂਦਾ ਨਸ਼ਾ ਇਦਾਂ ਕਰਕੇ ਤੁਹਾਨੂੰ ਕੱਢ ਦਿੱਤਾ ਜਾਊਗਾ ਜੀ ਸੈਂਟਰ ਦੇ ਵਿੱਚੋਂ। ਤੇ ਇੱਕ ਜਿੱਥੇ ਤੁਹਾਡਾ ਪੇਪਰ ਹੋਊਗਾ ਜੀ ਤੁਹਾਨੂੰ ਉਹਨਾਂ ਉੱਥੇ ਸੀਟਾਂ ਅਲਾਟ ਕੀਤੀਆਂ ਹੋਣਗੀਆਂ ਕਿ ਇੱਕ ਮੇਜ਼ ਤੇ ਰੋਲ ਨੰਬਰ ਵਾਈਜ਼ ਤੁਹਾਨੂੰ ਭਾਇਆ ਜਾਊਗਾ ਜੀ। ਤੇ ਜਿੱਥੇ ਵੀ ਤੁਹਾਡਾ ਰੋਲ ਨੰਬਰ ਆਇਆ ਜੀ ਤੁਸੀਂ ਉੱਥੇ ਬੈਠੋਗੇ ਇਹ ਨਹੀਂ ਕਹਿਤ ਕਿ ਤੁਸੀਂ ਸੀਟ ਆਪਣੀ ਚੇਂਜ ਕਰਕੇ ਕਿਤੇ ਉੱਥੇ ਬੈਠੋਗੇ ਜਾਂ ਉੱਥੇ ਬੈਠੋਗੇ ਸਿਰਫ ਜਿੱਥੇ ਤੁਹਾਡਾ ਨੰਬਰ ਕਿਹਨਾਂ ਦੇ ਅਧਾਰਤ ਕਰਦੀ ਸੀਟ ਤੁਸੀਂ ਉੱਥੇ ਹੀ ਬਹੋਗੇ ਤੇ ਜਿਨ੍ਹਾਂ ਨੂੰ ਮਿਲਕੀ ਕੋਈ ਅੱਖਾਂ ਦਾ ਵਗੈਰਾ ਤੋਂ ਨਹੀਂ ਦਿਖਦਾ ਜੀ ਠੀਕ ਹੈ ਜੀ ਉਹ ਆਪਣਾ ਰਾਈਟਰ ਵਗੈਰਾ ਲਿਆ ਸਕਦੇ ਆ ਜੀ ਪਰ ਇਹ ਹੈ ਕਿ ਉਹਨਾਂ ਨੂੰ ਆਪਣਾ ਰਾਈਟਰ ਵਗੈਰਾ ਲਿਆਉਣ ਲਈ ਮਿਲਕੀ ਸਰਟੀਫਿਕੇਟ ਦਾ ਮਿਲਕੀ ਚੈੱਕ ਕਰਾਉਣ ਚ ਕਰਾਇਆ ਜਾਊਗਾ ਜੀ ਕਿ ਉਹਨਾਂ ਵਿੱਚ ਲਿਖਿਆ ਹੁੰਦਾ ਕਿ ਅਸੀਂ ਮਿਲਕੀ ਉਹਦੇ ਵਿੱਚ ਨਾ ਸਰਟੀਫਿਕੇਟ ਦੇ ਵਿੱਚ ਲਿਖਿਆ ਹੁੰਦਾ ਜਾਂਦਾ ਉਹਦੇ ਬਾਰੇ ਲਿਖ ਦਿੰਦੇ ਕੀ ਨਾ ਪੜਿਆ ਰਾਈਟਰ ਜਿਹੜਾ ਹੀ ਲਿਆਂਦਾ ਵਾ ਉਹਦੀ ਵਿਦਿਅਕ ਯੋਗਤਾ ਸਾਰਾ ਕੁਝ ਲਿਖਿਆ ਜਾਂਦਾ ਜੀ ਤੇ ਨਾਲ ਮਿਲ ਗਈ ਤਾਂ 20 ਮਿੰਟ ਦਾ ਵਾਧੂ ਟਾਈਮ ਦਿੱਤਾ ਜਾਂਦਾ ਵਾ ਹਰੇਕ ਬੰਦੇ ਨੂੰ ਮਿਲਕੀ ਡਿਸੇਬਲਡ ਪਰਸਨ ਨੂੰ ਇੱਕ ਆਪਾਂ ਕਹਿ ਦਿੰਦੇ ਹਾਂ ਸਪੋਰਟਿਵ ਸਪੋਰਟਸਪੋਰਟ ਵਾਸਤੇ ਮਿਲਕੀ ਲਿਆਂਦਾ ਜਾਂਦਾ ਵਾ ਮਿਲਕੀ ਤਾਂ ਜੋ ਉਹਨੂੰ ਦੱਸੀ ਹੋਵੇ ਅਨਸਰ ਤੋਂ ਨੇ ਟਿੱਕ ਹਰੀਏ ਨੇ ਕਿ ਆਹ ਅਨਸਰ ਇਹਦਾ ਵਾ ਉਹਨੇ ਦੱਸਣਾ ਕਿ ਆਹ ਅਨਸਰ ਆਇਆ ਕੁਸ਼ਨ ਆਇਆ ਵਾ ਤੇ ਇਹਦਾ ਅਨਸਰ ਕੀ ਹੈ ਉਹਨੇ ਦੱਸ ਦੇਣੀ ਹੈ ਆਪਸ਼ਨ ਬੋਲ ਦੇ ਰਹੀਆਂ ਨੇ ਜਿਹੜਾ ਅਨਸਰ ਉਹ ਕਹੂਗਾ ਉਹਨੇ ਉਹਨੂੰ ਟਿਕ ਲਾ ਦੇਣਾ ਵਾ ਠੀਕ ਆ ਜੀ ਸਿਰਫ ਜਿਹ ਤੇ ਇੱਕ ਲਿਖਿਆ ਕਿ ਕੋਈ ਵੀ ਉਮੀਦਵਾਰ ਦਿੱਤੇ ਸਮੇਂ ਤੋਂ ਪਹਿਲਾਂ ਸੈਂਟਰ ਤੋਂ ਬਾਹਰ ਨਹੀਂ ਜਾ ਸਕਦਾ ਜਦੋਂ ਮਤਲਬ ਕਿ ਤੁਹਾਡਾ ਪੀਪਲ ਸਟਾਰਟ ਹੋ ਗਿਆ ਜੀ ਠੀਕ ਆ ਜੀ ਤੇ ਉਹਦੇ ਤੋਂ ਬਾਅਦ ਹੀ ਪੇਪਰ ਛੱਡ ਕੇ ਜਾ ਸਕਦੇ ਵਿੱਚੋਂ ਜੀ ਦੇਖੋ ਜੀ ਅਮਰਜਸੀਕਰ ਉਮੀਦਵਾਰ ਜਾਂਦਾ ਜੀ ਉਹ ਸੁਪਰ ਡੈਟ ਤੋਂ ਪ੍ਰਵਾਨਗੀ ਲਊਗਾ ਉਸ ਤੋਂ ਬਾਅਦ ਹੀ ਜਾ ਸਕਦਾ ਵਾ ਤੇ ਬਾਕੀ ਇਹ ਰਸ ਹੈ ਕਿ ਜੇ ਓਐਮ ਸ਼ੀਟ ਆ ਜੇ ਉਹਦੇ ਲਈ ਤੁਸੀਂ ਨੀਲਾ ਜਾਂ ਕਾਲਾ ਬਾਲ ਪੈਨ ਵਰਤ ਸਕਦੇ ਹੋ ਜੀ ਤੇ ਜੈੱਲ ਪੈਨ ਨਿਯਮਕੀ ਵਰਤ ਸਕਦੇ ਨਾਲ ਹੀ ਪੈਨਸਲ ਵਰਤ ਸਕਦੇ ਹੋ ਜੀ ਤੇ ਇਹ ਗੱਲ ਹੈ ਕਿ ਉਮੀਦਵਾਰ ਆਪਣੀ ਜਾਣਕਾਰੀ ਭਰ ਲਈ ਦਿੱਤੇ ਹੋਏ ਗੋਲਿਆਂ ਨੂੰ ਚੰਗੀ ਤਰ੍ਹਾਂ ਕਾਲਾ ਕਰੇਗਾ ਜੀ ਜੇ ਪੁੱਛੀ ਜੇ ਤੁਸੀਂ ਗੋਲੇ ਕਰਨੇ ਆ ਜੀ ਅੱਧੇ ਨਹੀਂ ਕਰਨੇ ਪੂਰੇ ਚੰਗੀ ਤਰ੍ਹਾਂ ਗੋਲ ਸਰਕਲ ਲਾਉਣੇ ਆ ਜੀ ਤੇ ਉਮੀਦਵਾਰ ਓਐਮ ਸ਼ੀਟ ਉੱਤਰ ਕਾਪੀ ਤੇ ਓਵਰਰਾਈਟਿੰਗ ਜਾਂ ਕੱਟ ਕਟਵੜ ਨਾ ਕਰੇ ਮਿਲ ਗਈ ਜਿਹੜੀ ਤੁਹਾਨੂੰ ਓਐਮ ਸ਼ੀਟ ਦਿੱਤੀ ਜਾਣੀ ਆ ਜਾਂ ਕੋਈ ਵੀ ਉੱਤਰ ਪੱਤਰਾ ਉੱਤਰ ਸੌਰੀ ਪ੍ਰਸ਼ਨ ਪੱਤਰੀ ਦਿੱਤੀ ਜਾਣੀ ਆ ਜੀ ਉੱਤੇ ਕੋਈ ਵੀ ਤੁਸੀਂ ਉਹਨੂੰ ਪਾੜਨਾ ਨਹੀਂ ਆ ਜਾਂ ਮੋੜਨਾ ਵਗੈਰਾ ਕੁਝ ਨਹੀਂ ਆ ਜੀ ਇਹਦਾ ਤਾਂ ਡਾ ਵੱਡਾ ਨੁਕਸਾਨ ਤੇ ਤੁਹਾਨੂੰ ਏ ਬੀ ਸੀ ਕੋਡ ਆਉਣਗੇ ਜੀ ਤੇ ਉਹਨਾਂ ਦੇ ਅਕੋਰਡਿੰਗ ਤੁਹਾਨੂੰ ਉਹਦੇ ਵਿੱਚ ਉੱਤਰ ਪੱਤਰੀ ਦੇ ਵਿੱਚ ਪੁੱਛਿਆ ਜਾਊਗਾ ਤੁਹਾਨੂੰ ਪ੍ਰਸ਼ਨ ਪੱਤਰੀ ਕਿਹੜੀ ਹੈ ਕੋਡ ਦੀ ਉਹ ਲਿਖ ਦੇਣੀ ਆ ਤੇ ਗੋਲ ਚੱਕਰ ਲਾ ਦੇਣਾ ਜੀ ਤੇ ਹਰੇਕ ਜਿਹੜਾ ਮਨ ਕੀ ਆਨਸਰ ਆ ਜੀ ਉਹ ਇੱਕ ਨੰਬਰ ਮਿਲੂਗਾ ਤੁਹਾਨੂੰ ਮਿਲਗੀ ਇੱਕ ਸਵਾਲ ਦਾ ਤੇ ਜੇ ਮਨ ਸਹੀ ਹੋਊਗਾ ਤੇ ਕੋਈ ਨੈਗੇਟਿਵ ਮਾਰਕ ਨਹੀਂ ਹੈਗੀ ਜੀ ਤੇ ਇੱਕ ਪ੍ਰਸ਼ਨ ਲਈ ਇੱਕ ਤੋਂ ਵੱਧ ਗੋਲੇ ਨਹੀਂ ਡਾ ਕਰਕੇ ਮਨ ਕੀ ਜਿੱਦਾਂ A B C D ਆਪਸ਼ਨ ਆ ਜੀ ਉਹਦੇ ਵਿੱਚ ਤੁਸੀਂ ਇੱਕ ਹੀ ਮਨ ਕੀ ਡਾਰਕ ਕਰਨਾ ਵਾ ਮਨ ਕੀ ਭਰਨਾ ਡੱਬੇ ਨੂੰ ਬਾਕੀ ਨਹੀਂ ਭਰਨਾ ਤੇ ਜੇ ਮੰਨ ਲਓ ਤੁਸੀਂ ਦੋਵੇਂ ਭਰ ਦਿਓ ਜੀ ਤਾਂ ਤੁਹਾਡਾ ਸਵਾਲ ਗਲਤ ਹੋ ਜਾਂਦਾ ਵਾ ਇੱਕ ਦੇ ਅੰਦਰੋਂ ਜਿੰਦਾ ਮੰਨ ਲਓ ਤੁਸੀਂ A ਨੂੰ ਆਪਸ਼ਨ ਲਾਇਆ ਵਾ ਤਾਂ B ਵੀ ਲਾਤਾ ਇੱਦਾਂ ਤੁਹਾਡਾ ਗਲਤ ਹੋ ਜੂਗਾ ਸਿਰਫ ਚਾਰ ਜਿਹੜੀ ਆਪਸ਼ਨਾਂ ਨੇ ਉਹਦੇ ਵਿੱਚ ਤੁਸੀਂ ਇੱਕ ਨੂੰ ਹੀ ਟਿਕ ਕਰੋਗੇ ਤੇ ਇੱਕ ਗੱਲ ਹੋਰ ਚਾਹੁੰਦੇ ਨੰਬਰ ਤੇ ਲਿਖੀ ਗਈ ਹੈ ਜੀ ਜਦੋਂ ਤੱਕ ਉਮੀਦਵਾਰਾਂ ਨੂੰ ਸੂਚਿਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਬੁੱਕਲੇਟ ਨਹੀਂ ਖੋਲਣੀ ਮਤਲਬ ਕਿ ਜਿਹੜੀ ਤੁਹਾਨੂੰ ਬੁੱਕਲੇਟ ਸੀਲ ਆਊਗੀ ਜੀ ਜਦੋਂ ਮਤਲਬ ਕਿ ਤੁਹਾਡਾ ਅੰਦਰ ਜਿਹੜਾ ਐਗਜ਼ਾਮੀਨਰ ਬੈਠਾ ਹੋਊਗਾ ਉਹ ਕਹੂਗਾ ਜਿੰਨਾ ਟਾਈਮ ਤੱਕ ਜਿੰਨਾ ਟਾਈਮ ਤੱਕ ਨਹੀਂ ਕਹੂਗਾ ਕਿ ਹੁਣ ਟਾਈਮ ਤੱਕ ਤੁਸੀਂ ਉਹਨੂੰ ਜਦੋਂ ਕਹੂਗਾ ਉਦੋਂ ਹੀ ਤੁਸੀਂ ਓਪਨ ਕਰਨਾ ਵਾ ਤੇ ਜਿਹੜਾ ਮਨ ਕੀ ਜਦੋਂ ਤੁਹਾਨੂੰ ਪੁੱਤਰ ਪੁਸਤਕਾ ਦੇ ਮਨ ਕੀ ਜਿਹੜੀ ਜਗ੍ਹਾ ਦਿੱਤੀ ਜਾਂਦੀ ਹੈ ਐਂਡ ਤੇ ਤੁਹਾਨੂੰ ਇੱਕ ਖਾਲੀ ਪੇਜ ਦਿੱਤਾ ਜਾਂਦਾ ਜੀ ਉਹ ਤੇ ਕੋਈ ਵੀ ਤੁਸੀਂ ਮਨ ਕੀ ਗ੍ਰਾਫ ਕੰਮ ਕਰ ਸਕਦੇ ਹੋ ਜੀ ਤੇ ਇੱਕ ਗੱਲ ਹੋਰ ਆ ਜੀ ਜੇ ਤੁਹਾਡਾ ਪੇਪਰ ਹੋਗਾ ਜੀ ਇੱਕ ਨਾ ਦੋ ਸ਼ੀਟਾਂ ਹੁੰਦੀਆਂ ਨੇ ਇੱਕ ਪਿੱਛੇ ਹੁੰਦੀ ਸਾਰੇ ਕਾਰਬਨ ਪੇਪਰ ਜਾਂ ਲੱਗਾ ਹੁੰਦਾ ਪਿੱਛੇ ਤੇ ਉਹ ਜਿਹੜੀ ਕਾਰਬਨ ਕਾਪੀ ਆ ਜੀ ਉਹ ਤੁਹਾਨੂੰ ਦਿੱਤੀ ਜਾਣੀ ਆ ਜੀ ਤੋ ਉਹ ਤੁਸੀਂ ਆਪਣੇ ਕੋਲ ਰੱਖ ਲੈਣੀ ਆ ਸਾਰੇ ਕੈਂਡੀਡੇਟਸ ਨੇ ਕਿਉਂਕਿ ਤੁਹਾਡੀ ਜਿਹੜੀ ਹੋਮਸ਼ੀਟ ਆਨਲਾਈਨ ਨਹੀਂ ਸ਼ੋ ਨਹੀਂ ਸਿਰਫ ਜਿਹੜੀ ਆਨਸਰ ਕੀ ਹੋਣੀ ਆ ਉਹਨਾਂ ਦੀ ਡਿਪਾਰਟਮੈਂਟ ਦੀ ਸਹੀ ਉਹ ਦਿਖਾਈ ਜਾਣੀ ਆ ਫਿਰ ਉਹਨਾਂ ਨੂੰ ਤੁਸੀਂ ਆਪਣੇ ਮਿਲਾ ਸਕਦੇ ਹੋ ਕਿ ਕਿੰਨੇ ਤੁਹਾਡੇ ਆਨਸਰ ਸਹੀ ਆ ਜੀ ਕਿੰਨੇ ਗਲਤ ਹੋਏ ਆ ਉਹਦੇ ਅਕੋਰਡਿੰਗ ਜਿਹੜੇ ਕੈਂਡੀਡੇਟ ਮਰਖੀ ਆਪਣੇ ਆਨਸਰ ਜਾ ਕੇ ਵੈਸੇ ਮਿਲਾ ਸਕਦੇ ਆਪਣੇ ਪ੍ਰੈਸ਼ਨ ਪੱਤਰ ਪੱਤਰਕਾ ਨਾਲ ਕਿ ਕਿੰਨੇ ਉਹਨਾਂ ਦੇ ਸਵਾਲ ਸਹੀ ਹੋਏ ਉਹਦੇ ਅਕੋਰਡਿੰਗ ਉਹ ਵੈਸੇ ਵੀ ਜਜਮੈਂਟ ਕਰ ਸਕਦੇ ਆ ਜੀ ਤੇ ਜਿੰਨਾ ਵੀ ਕੈਂਡੀ ਨੇ ਅਪਲਾਈ ਕੀਤਾ ਜੀ ਸਾਰਿਆਂ ਨੂੰ ਆਲ ਦੀ ਬੈਸਟ ਵੈਗਰੂ ਮੇਰ ਕਰੇ ਕਿ ਸਭ ਦਾ ਪਾਸ ਹੋ ਜੇ ਜੀ ਤੇ ਤੇ ਇੱਕ ਅੰਮਰ ਕੀ ਫੋਟੋ ਤੁਸੀਂ ਆਪਣੀ ਲਾਨ ਲੈ ਕੇ ਜਾਈਆਂ ਜਿੱਦਾਂ ਤੁਹਾਡਾ ਪੇਪਰ ਆ ਨਾਲ ਵੈਲਿਡ ਆਈਡੀ ਪ੍ਰੂਫ ਕੋਈ ਵੀ ਆਈਡੀ ਪ੍ਰੂਫ ਲੈ ਜਾ ਸਕਦੇ ਹੋ ਜਿੱਦਾਂ ਆਧਾਰ ਕਾਰਡ ਹੋ ਗਿਆ ਪੈਨ ਕਾਰਡ ਹੋ ਗਿਆ ਸ਼੍ਰਾਗਤੀ ਕਾਰਡ ਹੋ ਗਿਆ ਦੂਜਾ ਡਰਾਈਵਿੰਗ ਲਿਸੈਂਸ ਹੋ ਗਿਆ ਜਾਂ ਪਾਸਪੋਰਟ ਹੋ ਗਿਆ ਤਾਂ ਜਿੱਦਾਂ ਮੰਨ ਲਓ ਕਿ ਜਿਹੜੇ ਆਧਾਰ ਕਾਰਡ ਉਹੀ ਵੈਲਿਡ ਮੰਨੇ ਜਾਂਦੇ ਜਿਹੜੇ ਮਨਕੀਆ ਬੰਡਾਕਰੇਈ ਘਰੇ ਮਿਲਦੇ ਆ ਜੀ ਤੇ ਬਾਕੀ ਕੀ ਆਪਣੇ ਦੋ ਆਈਡੀ ਪ੍ਰੂਫ ਜ਼ਰੂਰ ਲੈ ਕੇ ਜਾਇਓ ਨਾਲ ਮੈਂ ਤਾਂ ਤੁਹਾਨੂੰ ਇਹੋ ਦਾਈ ਦੱਸਾਂਗਾ ਜੀ ਤੇ ਇੱਕ ਫੋਟੋ ਆਪਣੀ ਲੈ ਕੇ ਜਾਣੀ ਆ ਜੀ ਤੇ ਐਡਮਿਟ ਕਾਰਡ ਲੈ ਕੇ ਜਾਣਾ ਵਾ ਤੇ ਆਪਣਾ ਪੈਨ ਲੈ ਜਾਓ ਜ਼ਰੂਰ ਠੀਕ ਆ ਜੀ ਤੇ 올 ਦੀ बेस्ट ਸਭ ਕੈਂਡੀਡੇਟਸ ਨੂੰ ਵਧੀਆ ਵਧੀਆ ਐਗਜ਼ਾਮ ਕਰਿਓ ਜੀ